ਗੁਰੂ ਸਾਹਿਬਾਨ ਨੇ ਤੇ ਭਗਤ ਬਾਣੀਕਾਰਾਂ ਨੇ ਇਹ ਦੇਖਿਆ ਕਿ ਉਹਨਾਂ ਦੇ ਸਮੇਂ ਵਿੱਚ ਮਨੁੱਖ ਬਹੁਤ ਸਾਰੇ ਭਰਮ ਜਾਲਾਂ ਦਾ ਸ਼ਿਕਾਰ ਹੋ ਚੁੱਕਾ ਸੀ ਮਨੁੱਖ ਨੂੰ ਉਸ ਵੇਲੇ ਦੇ ਪਰਪਾਰਟੀ ਉਸ ਵੇਲੇ ਦੇ ਪ੍ਰਚਲਿਤ ਉਸ ਵੇਲੇ ਦੇ ਟ੍ਰੈਡੀਸ਼ਨਲ ਪ੍ਰੰਪਰਾਗਤ ਜਿਹੜੇ ਆਗੂ ਨੇ ਜੋ ਆਪਣੇ ਆਪ ਨੂੰ ਧਾਰਮਿਕ ਆਗੂ ਕਹਿੰਦੇ ਸੀ ਜੋ ਪਹਿਰਾਵੇ ਵੱਲੋਂ ਤਾਂ ਧਾਰਮਿਕ ਸੀ ਲੇਕਿਨ ਅੰਦਰੋਂ ਉਹ ਖਾਲੀ ਸੀ ਉਹਨਾਂ ਦੇ ਪਾਏ ਹੋਏ ਭਰਮਾਂ ਉਹਨਾਂ ਦੇ ਪਾਏ ਹੋਏ ਸੂਤਕ ਪਾਤਕ ਵਹਿਮਾ ਭਰਮਾ ਭੂਤ ਪ੍ਰੇਤਾਂ ਦੇ ਜੋ ਜੰਜਾਲ ਨੇ ਉਹਨਾਂ ਤੋਂ ਗੁਰੂ ਸਾਹਿਬ ਨੇ ਮਨੁੱਖ ਨੂੰ ਮੁਕਤ ਕੀਤਾ ਗੁਰੂ ਸਾਹਿਬ ਨੇ ਸਪਸ਼ਟ ਤੌਰ ਤੇ ਮਾਸ ਬਾਰੇ ਜੀਵ ਬਾਰੇ ਸੂਤਕ ਬਾਰੇ ਸੁੱਚ ਭੇਟ ਬਾਰੇ ਬਹੁਤ ਸਾਰੇ ਇਸ ਤਰ੍ਹਾਂ ਦੇ ਵਿਚਾਰ ਪੇਸ਼ ਕੀਤੇ ਤੇ ਨਾਲ ਨਾਲ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਪ੍ਰੈਕਟੀਕਲ ਰੂਪ ਵਿੱਚ ਅਮਲੀ ਰੂਪ ਵਿੱਚ ਕਿ ਸਾਰੇ ਜੋ ਜਿਨ੍ਹਾਂ ਨੂੰ ਨੀਵੇਂ ਸਮਝਿਆ ਜਾਂਦਾ ਸੀ ਉਹਨਾਂ ਨੂੰ ਇਕੱਤਰ ਕੀਤਾ ਇੱਕ ਪਲੈਟਫਾਰਮ 'ਤੇ ਔਰ ਉਹਨਾਂ ਦੇ ਵਿੱਚ ਰੱਬ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇਹ ਪ੍ਰਤੱਖ ਕੀਤਾ ਕਿ ਸਾਰੇ ਮਨੁੱਖ ਬਰਾਬਰ ਨੇ ਸਾਰੇ ਮਨੁੱਖਾਂ ਨੂੰ ਪਰਮਾਤਮਾ ਸਰਵ ਸ਼ਕਤੀਮਾਨ ਪਰਮਾਤਮਾ ਪਿਆਰ ਕਰਦੇ ਨੇ ਔਰ ਸਾਰੇ ਮਨੁੱਖਾਂ ਦੇ ਅੰਦਰ ਉਹ ਵਸਦਾ ਹੈ ਕਿ ਜਦੋਂ ਅਸੀਂ ਕਿਸੇ ਮਨੁੱਖ ਨੂੰ ਕਿਸੇ ਤਰ੍ਹਾਂ ਦੀ ਚੋਟ ਪਹੁੰਚਾਉਨੇ ਆ ਕਿਸੇ ਜੀਵ ਨੂੰ ਚੋਟ ਪਹੁੰਚਾਉਨੇ ਆ ਅਸੀਂ ਕਿਸੇ ਬਨਸਪਤੀ ਨੂੰ ਤਬਾਹ ਕਰਦੇ ਆ ਤਾਂ ਨਿਸ਼ਚਿਤ ਤੌਰ ਤੇ ਸਾਡਾ ਜੀਵਨ ਹੈ ਜਿਹੜਾ ਉਹ ਬੇਕਾਰ ਹੋ ਜਾਂਦਾ ਹੈ ਉਹਨੂੰ ਸਾਰਥਕ ਬਣਾਉਣ ਲਈ ਸਾਡੇ ਲਈ ਜ਼ਰੂਰੀ ਹੈ ਕਿ ਮਨੁੱਖ ਕੇ ਅਕਾਲ ਪੁਰਖ ਦੀ ਪੈਦਾ ਹੋਈ ਸਾਰੀ ਸ੍ਰਿਸ਼ਟੀ ਜੋ ਹੈ ਉਸ ਵਿੱਚ ਵਿਸ਼ਵਾਸ ਕਰਕੇ ਤੁਰਿਏ ਅਕਾਲ ਪੁਰਖ ਵਿੱਚ ਵਿਸ਼ਵਾਸ ਕਰਕੇ ਤੁਰਿਏ ਤੇ ਮਾਇਮਾ ਭਰਮਾਂ ਤੋਂ ਮੁਕਤ ਹੋਈਏ ਜਦੋਂ ਅਸੀਂ ਸੂਤਕ ਪਾਤਕ ਦੀ ਗੱਲ ਕਰਦੇ ਹਾਂ ਮਿਸਾਲ ਦੇ ਤੌਰ ਤੇ ਤਾਂ ਗੁਰੂ ਸਾਹਿਬ ਨੇ ਉਹਦੇ ਸੰਬੰਧ ਵਿੱਚ ਬਹੁਤ ਹੀ ਸਾਇੰਟੀਫਿਕ ਤਰੀਕੇ ਦੇ ਨਾਲ ਬਹੁਤ ਵਿਗਿਆਨਕ ਤਰੀਕੇ ਦੇ ਨਾਲ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਰੇ ਕਾਇਨਾਤ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਜੇ ਸੋਚ ਤੇ ਪੇਟ ਜੇ ਝੂਠ ਇਸ ਕਿਸਮ ਦੀਆਂ ਚੀਜ਼ਾਂ 'ਤੇ ਵਿਸ਼ਵਾਸ ਕਰਨਾ ਹੋਵੇ ਤਾਂ ਸਭ ਕੁਝ ਹੀ ਆਲੇ ਦੁਆਲੇ ਸਾਡੇ ਲਈ ਇਸ ਤਰ੍ਹਾਂ ਦਾ ਹੋ ਸਕਦਾ ਹੈ ਲੇਕਿਨ ਇਹ ਮਨੁੱਖ ਦਾ ਹਿੱਸਾ ਹੈ ਮਨੁੱਖ ਨੂੰ ਇਹਨੂੰ ਪ੍ਰਵਾਨ ਕਰਕੇ ਚੱਲਣਾ ਚਾਹੀਦਾ ਹੈ ਉਹ ਕਹਿੰਦੇ ਨੇ ਕਿ ਜੇਕਰ ਸੂਤਕ ਮੰਨੀ ਹੈ ਸਭ ਹੈ ਸੂਤਕ ਸਭ ਤੈ ਸੂਤਕ ਹੋਏ ਗੋਹ ਹੈ ਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਫਿਰ ਉਹ ਹੋਰ ਕਹਿੰਦੇ ਨੇ ਕਿ ਅਸਲ ਵਿੱਚ ਤਾਂ ਸੂਤਕ ਕੀ ਹੈ ਮਨ ਕਾ ਸੂਤਕ ਲੋਭ ਹੈ ਤੇ ਜੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤ੍ਰਯ ਪਰ ਤਨ ਰੂਪ ਜਦੋਂ ਅੱਖਾਂ ਵਿੱਚ ਮੈਲ ਆ ਜਾਂਦੀ ਹੈ ਜਦੋਂ ਮਨੁੱਖ ਆਚਰਣ ਤੋਂ ਡਿੱਗ ਜਾਂਦਾ ਹੈ ਜਦੋਂ ਦੁਰਾਚਾਰੀ ਹੋ ਜਾਂਦਾ ਹੈ ਜਦੋਂ ਪਰਾਇ ਏਸਤਰੀ ਨੂੰ ਬੁਰੀ ਨਜ਼ਰ ਨਾਲ ਵੇਖਦਾ ਹੈ ਜਦੋਂ ਉਹ ਆਪਣੀਆਂ ਸਾਰੀਆਂ ਜਿਹੜੀਆਂ ਆਲੇ ਦੁਆਲੇ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਭੋਗਣ ਤੱਕ ਸੀਮਤ ਹੋ ਜਾਂਦਾ ਹੈ ਤਾਂ ਨਿਸ਼ਚਿਤ ਤੌਰ ਤੇ ਉਸ ਨੂੰ ਸੂਤਕ ਸਹਿਣ ਕਰਨਾ ਪੈਂਦਾ ਹੈ ਹੋਰ ਕੋਈ ਸੂਤਰਕ ਵੱਖਰੀ ਤਰ੍ਹਾਂ ਦਾ ਨਹੀਂ ਹੁੰਦਾ ਜਿਵੇਂ ਬ੍ਰਾਹਮਣਵਾਦੀ ਕਦਰਾਂ ਕੀਮਤਾਂ ਨੇ ਮਨੁੱਖ ਨੂੰ ਬਹੁਤ ਸਾਰੇ ਭਰਮਾਂ ਵਿੱਚ ਫਸਾਏ ਹੋਏ ਉਹਨਾਂ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਮਨੁੱਖ ਦੀਆਂ ਜੋ ਗਿਆਨ ਇੰਦਰੀਆਂ ਨੇ ਉਹਨਾਂ ਨੂੰ ਪਵਿੱਤਰਤਾ ਦੇ ਨਾਲ ਚੱਲਣਾ ਚਾਹੀਦਾ ਹੈ ਉਹਨਾਂ ਪੰਜਾਂ ਇੰਦਰੀਆਂ ਦੇ ਸੰਬੰਧ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਉਹ پاک ਪਵਿੱਤਰ ਹੋਣੀਆਂ ਚਾਹੀਦੀਆਂ ਨੇ ਤੇ ਉਹਦੇ ਨਾਲ ਮਨੁੱਖ ਦਾ ਜੀਵਨ ਸਫਲ ਹੋ ਸਕਦਾ ਹੈ ਨਹੀਂ ਤਾਂ ਉਨਾਰੇ ਸਾਹਮਣੇ ਜਿੰਨੀ ਵੀ ਕਾਇਨਾਤ ਹੈ ਜਿੰਨਾ ਵੀ ਵਾਤਾਵਰਨ ਹੈ ਉਹ ਇੱਕ ਕਿਸਮ ਦਾ ਸੂਤਕ ਦਾ ਰੂਪ ਧਾਰਨ ਕਰ ਸਕਦਾ ਹੈ ਜਲ ਹੈ ਸੂਤਕ ਥਲ ਹੈ ਸੂਤਕ 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 ਉਪਤ ਹੋਈ ਜਨਮੇ ਸੂਤਕ ਮੂਏ ਫਨ ਸੂਤਕ ਸੂਤਕ ਪਰਜ ਪਰੋਈ ਕੌ ਰੇ ਖੰਡਿਆ ਕੌਣ ਪਵੀਤਾ ਐਸਾ ਨਾਮ ਜਪੋ ਮੇਰੇ ਮੀਤਾ ਨੈਨੋ ਸੂਤਕ ਬੈਨੋ ਸੂਤਕ ਸੂਤਕ ਸ਼ਰਮਣੀ ਹੋਈ ਊਠ ਤੇ ਬੈਠ ਤੇ ਸੂਤਕ ਲੱਗ ਐ ਸੂਤਕ ਪਰ ਰਸੋਈ ਤੋਂ ਗੁਰੂ ਸਾਹਿਬ ਨੇ ਕਿਸੇ ਵੀ ਤਰ੍ਹਾਂ ਦਾ ਭਰਮ ਬਾਕੀ ਨਹੀਂ ਛੱਡਿਆ ਜੇ ਅਸੀਂ ਆਪ ਆਪਣੀ ਤੀਜੇ ਨੀ ਤੀਜੇ ਨੇਤਰ ਨੂੰ ਬੰਦ ਕਰ ਲਈਏ ਜੇ ਆਪਣੇ ਨਰਵਸ ਸਿਸਟਮ ਨੂੰ ਆਪਣੇ ਤਾਤੂ ਪ੍ਰਣਾਲੀ ਨੂੰ ਉਹਨਾਂ ਦੇ ਨਾਲ ਨਾ ਜੋੜੀਏ ਜੇ ਅਸੀਂ ਉਹਨਾਂ ਦੇ ਸ਼ਬਦ ਦਾ ਪਿੱਛਾ ਨਾ ਕਰੀਏ ਉਸ ਨੂੰ ਨਾ ਬਣਾਈਏ ਜੇ ਉਸ ਨੂੰ ਆਪਣਾ ਸਭ ਕੁਝ ਇਸ਼ਟ ਮੰਨ ਕੇ ਨਾ ਤੁਰੀਏ ਤਾਂ ਜੇ ਅਸੀਂ ਪੂਜਾ ਵਿਧੀਆਂ ਵਿੱਚ ਉਸ ਨੂੰ ਗਵਾ ਲਈਏ ਤਾਂ ਇਸ ਤਰ੍ਹਾਂ ਤੇ ਸਾਡੇ ਸਾਹਮਣੇ ਪ੍ਰੋਬਲਮਸ ਇਸ ਤਰ੍ਹਾਂ ਦੀਆਂ ਆਉਣਗੀਆਂ ਅਸੀਂ ਇਦਾਂ ਦੇ ਭਰਮ ਜਾਲ ਦਾ ਸ਼ਿਕਾਰ ਬਣਾਂਗੇ ਇਸ ਤਰ੍ਹਾਂ ਦਾ ਜਿਹੜਾ ਮਾਇਆ ਜਾਲ ਹੈ ਉਸ ਨੂੰ ਤੋੜਨ ਲਈ ਗੁਰੂ ਸਾਹਿਬ ਨੇ ਸਾਨੂੰ ਬਹੁਤ ਹੀ ਸਿੰਪਲ ਬਹੁਤ ਹੀ ਸਧਾਰਨ ਤਰੀਕੇ ਦਾ ਤਰੀਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਉਹ ਕਹਿੰਦੇ ਨੇ ਕਿ ਮਨ ਮਾਰੇ ਬਿਨ ਪਗਤ ਨਾ ਹੋਈ ਤਾਂ ਇਹਦਾ ਫੈਲਾਓ ਕਰੀਏ ਤਾਂ ਨਿਸ਼ਚਿਤ ਤੌਰ ਤੇ ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਨਾਥਿੰਗਨੈਸ ਦੇ ਵਿੱਚ ਜਾਣਾ ਆਪਣੇ ਆਪ ਨੂੰ ਛੋਟੇ ਮਹਿਸੂਸ ਕਰਨਾ ਆਪਣੇ ਆਪ ਨੂੰ ਵੱਡੇ ਮਹਿਸੂਸ ਹੋਣ ਦੀ ਜਿਹੜੀ ਕੈਦ ਹੈ ਉਸ ਤੋਂ ਮੁਕਤ ਕਰਨਾ ਔਰ ਸਾਰੇ ਭਾਵਾਂ ਤੋਂ ਆਪਣੇ ਆਪ ਨੂੰ ਮੁਕਤ ਕਰਕੇ ਜੀਵਨ ਮੁਕਤ ਹੋਣਾ ਜ਼ਿੰਦਗੀ ਵਿੱਚ ਰਹਿੰਦੇ ਹੋਇਆ ਉਦਮ ਕਰਦੇ ਹੋਇਆ ਜ਼ਿੰਦਗੀ ਨੂੰ ਹੰਡਾਉਂਦੇ ਆ ਹੋਇਆ ਕਮਾਉਂਦੇ ਆ ਹੋਇਆ ਹੱਸਦੇ ਆ ਹੋਇਆ ਸਾਰੇ ਕਾਰਜ ਕਰਦੇ ਆ ਹੋਇਆ ਜੇ ਅਸੀਂ ਪ੍ਰਮਾਤਮਾ ਨਾਲ ਜੁੜਾਂਗੇ ਤਾਂ ਮੁਕਤੀ ਹੋ ਸਕਦੀ ਹੈ ਤੇ ਇਹ ਮੁਕਤੀ ਮਰ ਕੇ ਨਹੀਂ ਹੁੰਦੀ ਇਹ ਮੁਕਤੀ ਜਿਉਂਦਿਆਂ ਦੀ ਮੁਕਤੀ ਹੁੰਦੀ ਹੈ ਤੇ ਜਿਉਂਦਿਆਂ ਦੀ ਮੁਕਤੀ ਲਈ ਗੁਰੂ ਸਾਹਿਬ ਨੇ ਸੰਗਤ ਦਾ ਇੱਕ ਸੰਕਲਪ ਸਾਨੂੰ ਦਿੱਤਾ ਕਿ ਜਦੋਂ ਅਸੀਂ ਚੰਗੇ ਲੋਕਾਂ ਦੀ ਸੰਗਤ ਕਰਦੇ ਆ ਜਦੋਂ ਅਸੀਂ ਚੰਗੇ ਲੋਕਾਂ ਦੇ ਨਾਲ ਬੈਠਦੇ ਆ ਜਦੋਂ ਅਸੀਂ ਉਹਨਾਂ ਦੇ ਨਾਲ ਪ੍ਰੇਮ ਭਾਵ ਪ੍ਰਗਟ ਕਰਦੇ ਆਂ ਜਦੋਂ ਅਸੀਂ ਊਚ ਨੀਚ ਤੋਂ ਮੁਕਤ ਹੁੰਨੇ ਆ ਤਾਂ ਫਿਰ ਸਾਨੂੰ ਕੋਈ ਵੀ ਵੈਰੀ ਨਜ਼ਰ ਨਹੀਂ ਆਉਂਦਾ ਜਦੋਂ ਅਸੀਂ ਚੰਗੇ ਲੋਕਾਂ ਦੀ ਸੰਗਤ ਦੇ ਵਿੱਚ ਬੈਠਦੇ ਆ ਤਾਂ ਸਾਡੇ ਲਈ ਮੁਕਤੀ ਦੇ ਰਾਹ ਖੁੱਲ ਜਾਂਦੇ ਆ ਤੇ ਇਹ ਮੁਕਤੀ ਮਰ ਕੇ ਨਹੀਂ ਹੁੰਦੀ ਇਹ ਜਿਉਂਦੇ ਜੀ ਹੁੰਦੀ ਹੈ ਕਿ ਮਨੁੱਖ ਆਪਣੀ ਕੈਦ ਵਿੱਚ ਆਪ ਕੈਦ ਹੋਇਆ ਬੈਠਾ ਆਪ ਉਸ ਨੇ ਇਸ ਕਿਸਮ ਦੇ ਆਪਣੇ ਆਲੇ ਦੁਆਲੇ ਬੰਕਰ ਖੜੇ ਕੀਤੇ ਹੋਏ ਆ ਉਹਨਾਂ ਬੰਕਰਾਂ ਨੂੰ ਤੋੜ ਕੇ ਜਦੋਂ ਸੰਗਤ ਦੇ ਵਿੱਚ ਪ੍ਰਵੇਸ਼ ਕਰਦਾ ਹੈ ਜਦੋਂ ਸੰਗਤ ਦੇ ਜੋ ਲੱਛਣ ਨੇ ਉਹਨਾਂ ਨੂੰ ਅਪਣਾਉਂਦਾ ਹੈ ਜਦੋਂ ਸੰਗਤ ਵਿੱਚ ਜਾਣ ਵੇਲੇ ਉੱਚਿਆਂ ਨੀਵੇਂਆਂ ਨੂੰ ਸਭ ਨੂੰ ਬਰਾਬਰ ਮੰਨਦਾ ਹੈ ਤਾਂ ਉਸ ਵੇਲੇ ਇਹ ਜਿਹੜੇ ਸਾਡੇ ਲਈ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਹੋ ਜਾਂਦਾ ਹੈ ਤਾਂ ਗੁਰੂ ਸਾਹਿਬ ਸਪਸ਼ਟ ਕਹਿੰਦੇ ਨੇ ਕਿ ਜਬ ਤੇ ਸਾਧ ਸੰਗਤ ਮੋਈ ਪਾਈ ਮਿਸਰ ਗਈ ਸਭ ਤਾਤ ਪਰਾਈ ਨਾ ਕੋ ਬਹਿਰੀ ਨਾ ਹੀ ਬਗਾਨਾ ਸਗਲ ਸੰਗ ਹਮ ਕੋ ਬਣਾਈ